Kaur. My age 12 year old. My class 6. My school name is Rankin Natural Public School, village Tikri Valsaraa, and district Gurdaspur. My hobby khelna, padhna aur dancing karna, but mujhe dancing karna bahut acha lagta hai. जो मैं 4-5 साल दी सी मैनू डांस का बहुत शौक सी. मैं फोन देख के टीवी देख के डांस करना शुरू कर दिंदी सी. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਵਿੰਦਰ ਹੈ. ਮੇਰੀ ਸੁਪ੍ਰੀਤ ਬੇਟੀ ਜੋ ਕਿ ਸਾਡੀ ਬਹੁਤ ਹੀ ਲਾਡਲੀ ਪਿਆਰੀ ਬੇਟੀ ਆ. ਬਚਪਨ ਦੇ ਵਿੱਚ ਹੀ ਇਸਨੂੰ ਨੱਚਣ ਗਾਉਣ ਦਾ ਬਹੁਤ ਸ਼ੌਂਕ ਸੀ. ਜਦੋਂ ਛੋਟੀ ਸੀ ਜਦੋਂ ਵੀ ਕੋਈ ਗਾਣਾ ਲੱਗਦਾ ਸੀ ਜਾਂ ਕੁਛ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਸੀ ਤਾਂ ਨੱਚਦੀ ਹੀ ਟੱਪਦੀ ਸੀ. ਸਾਨੂੰ ਇਸ ਦੇ ਬਾਰੇ ਦੇ ਵਿੱਚ ਹੌਲੀ ਹੌਲੀ ਪਤਾ ਲੱਗਾ, ਅਤੇ ਜਦੋਂ ਸਾਨੂੰ ਪਤਾ ਲੱਗਾ ਕਿ ਇਸ ਡਾਂਸ ਦੇ ਵਿੱਚ ਇਹਦੀ ਰੁਚੀ ਹੈਗੀ ਆ, ਅਤੇ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਪਹਿਲੇ ਪਲੇਟਫਾਰਮ ਨਹੀਂ ਸੀ ਮਿਲਿਆ, ਜਿਸ ਕਰਕੇ ਅਸੀਂ ਬੱਚੇ ਨੂੰ ਉਹ ਪ੍ਰੋਗਰਾਮ ਦੇ ਵਿੱਚ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਹਿੱਸਾ ਲੈ ਸਕੇ. ਪਰ ਸਾਨੂੰ ਜਦੋਂ KKHD ਬਾਰੇ ਪਤਾ ਲੱਗਾ ਤਾਂ ਅਸੀਂ ਆਪਣੇ ਬੱਚੇ ਨੂੰ ਉੱਥੇ ਪਰਫੋਰਮੈਂਸ ਵਾਸਤੇ ਭੇਜਿਆ, ਅਤੇ ਸਟੈਪ ਬਾਏ ਸਟੈਪ ਬੱਚੇ ਨੇ ਆਪਣਾ ਪਰਫੋਰਮੈਂਸ ਦਿੱਤਾ ਅਤੇ ਫਾਈਨਲ ਤੱਕ ਪਹੁੰਚ ਗਏ. ਅਤੇ ਹੁਣ ਫਾਈਨਲ ਦੇ ਵਿੱਚ ਜਦੋਂ ਜਾਏ ਅਤੇ ਪਰਮਾਤਮਾ ਅੱਗੇ ਮੈਂ ਅਰਦਾਸ ਕਰਦੀ ਹਾਂ ਕਿ ਮੇਰਾ ਬੱਚਾ ਫਾਈਨਲ ਦੇ ਵਿੱਚੋਂ ਜਿੱਤ ਕੇ ਸਾਡੇ ਸਾਡਾ ਨਾਂ ਅਤੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰੇ. ਮੈਨੂੰ ਆਪਣੀ ਪਿਆਰੀ ਬੇਟੀ ਬਹੁਤ ਹੀ ਮਾਣ ਹੈ. ਮੇਰੀ
बेटी जो घर के ही मेरे नाल बहुत सारी हेल्प करती है, जिमें कि घर के कामों के बारे के घर के जिस रोटी बना लैनी या बच्चे चाह बनानी सफाइया कर लैनिया उस दे नाल भी मेरे नाल बहुत ज़्यादा हेल्प करती है और बहुत ही ज़्यादा चुलबुली है, शरारतं भी करती है, शरारतों के नाल प्यार भी बहुत सारे सारा परिवार इस बहुत ज़्यादा प्यार करता है। तो सब की लाडली बेटी है और पापा आर्मी के ने वो साढ़े को लेट आते ने कभी साल के एक या दो बारी आते हैं तो उन्होंने नाल ज़्यादा प्यार ही उन्होंने बहुत प्यार करते हैं बच्चे मेरे ना तो जिन्ना है लगाव घर के अपने पापा ना बहुत ज़्यादा प्यार करती जो भी आती हर चीज़ हर ख्वाहिश अपने पापा नूं दसदी है तो अपने पापा को ही जो भी जिदा डांस आ ये अगे गई है अपने पापा की बदौलत ही गई हुई है तो अपने पापा के नाँ रोशन करने वास्ते ही यह डांस के हिस्सा लिया हुआ है। वड्डे शो आ होंगे आ जिस तरह सिंगिंग का शो डांसिंग का शो वे 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 शहर वे वे खास ही बच्चों खास लिया जाता लेकिन के के एच डी है एक यहोजा शो है जेडे कि छोटे छोटे पिंड बच्चों का टैलेंट लभ के बच्चों के टैलेंट को निखार के अगे लिया बच्चों अपने टैलेंट को निखारन वास्ते उन्होंने नाल पूरी हेल्प करते हैं। ਸਾਡੇ ਜਦੋਂ ਟਾਈਮ ਸੀ ਜਦੋਂ ਅਸੀਂ ਸਾਂ ਬਚਪਨ ਦੇ ਵਿੱਚ ਸਾਨੂੰ ਇਹੋ ਜਿਹਾ ਕੋਈ ਪਲੇਟਫਾਰਮ ਨਹੀਂ ਮਿਲਿਆ ਸਾਡੇ ਮਨ 'ਚ ਵੀ ਸ਼ੌਂਕ ਸੀ ਕਿ ਅਸੀਂ ਵੀ ਇਸ ਤਰ੍ਹਾਂ ਜਾਈਏ ਜਦੋਂ ਅਸੀਂ ਟੀ ਵੀ 'ਚ ਦੇਖਦੇ ਸਾਂ ਅਸੀਂ ਵੀ ਕਹਿੰਦੇ ਕਿ ਸਾਨੂੰ ਵੀ ਇਸ ਤਰ੍ਹਾਂ ਦਾ ਮੌਕਾ ਮਿਲੇ ਲੇਕਿਨ ਸਾਨੂੰ ਇਹੋ ਜਿਹਾ ਮੌਕਾ ਕਦੀ ਨਹੀਂ ਮਿਲਿਆ ਪਰ ਹੁਣ ਸਾਡੇ ਬੱਚਿਆਂ ਨੂੰ ਜਿਹੜਾ ਮੌਕਾ ਮਿਲਿਆ ਮੈਂ ਆਪਣੇ ਬਚਪਨ ਨੂੰ ਆਪਣੇ ਬੱਚਿਆਂ ਦੇ ਵਿੱਚ ਹੀ ਦੇਖਦੀ ਹਾਂ ਤੋ ਆਪਣਾ ਸ਼ੌਂਕ ਜਿਹੜਾ ਮੈਂ ਆਪਣੇ ਬੱਚਿਆਂ ਦੇ ਪ੍ਰਤੀ ਪੂਰਾ ਕਰ ਰਹੀ ਹਾਂ ਅਤੇ ਮੈਂ ਆਪਣੇ ਬੇਟੀ ਦੇ ਥਰੂ ਆਪਣੇ ਡਾਂਸ ਨੂੰ ਸ਼ੌਂਕ ਨੂੰ ਪੂਰਾ ਕਰ ਰਹੀ ਹਾਂ ਅਤੇ ਮੇਰਾ ਵੀ ਸ਼ੌਂਕ ਡਾਂਸ ਸੀ ਅਤੇ ਮੇਰੀ ਅੱਗੋਂ ਬੇਟੀ ਦਾ ਵੀ ਇਹੀ ਸ਼ੌਂਕ ਡਾਂਸ ਆ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਸਾਡੀ ਬੇਟੀ ਜੋ ਹੈ ਫਾਈਨਲ ਰਾਊਂਡ ਜਿੱਤ ਕੇ ਆਏ ਔਰ ਜਿੱਤਣ ਤੋਂ ਬਾਅਦ ਸਾਡਾ ਸਾਡੇ ਪਰਿਵਾਰ ਦਾ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ। लाइक करते हैं क्योंकि ये बच्चों के अंदर छुपया हुआ टैलेंट बाहर करता है इस करके मैं बहुत पसंद करती किसी दे विच कोई भी टैलेंट हो वे तो इस शो विच पार्टिसिपेट कर सकता है। दादी है ये मैं बहुत प्यार करते हैं ये मैं बहुत सपोर्ट करते हैं मेरे सब तो बेस्ट दादी ये जो बहुत छोटी सी ना
ਅਤੇ ਮੈਂ ਜਦੋਂ ਗੁਰਦੁਆਰੇ ਜਾਣਾ ਇਹਨੂੰ ਮੈਂ ਜਦੋਂ ਵੀ ਆਵਾਜ਼ ਮਾਰਨੀ ਇਹਨੇ ਉਸੇ ਵੇਲੇ ਉੱਠ ਕੇ ਬਹਿ ਜਾਣਾ ਅਤੇ ਜਿੰਨੀ ਮਰਜ਼ੀ ਠੰਡ ਹੁੰਦੀ ਸੀ ਮੇਰੇ ਨਾਲ ਇਹਨੇ ਗੁਰਦੁਆਰੇ ਜਾਣਾ ਅਤੇ ਉੱਥੇ ਮੇਰੇ ਲਾਗੇ ਉਹਨਾਂ ਚਿਰ ਹੀ ਇਹਨੇ ਬਹਿ ਕੇ ਫਿਰ ਮੇਰੇ ਕੋਲ ਇਹਨੇ ਪਾਠ ਸਿੱਖਣਾ ਜਪਜੀ ਸਾਹਿਬ ਸਾਰਾ ਇਹਨੇ ਮੇਰੇ ਕੋਲੋਂ ਸਿੱਖਿਆ ਜੀ ਅਤੇ ਸਾਡੇ ਘਰ ਵਿੱਚ ਇਕੱਲੀ ਇਕੱਲੀ ਆ ਅਤੇ ਅਸੀਂ ਇਹਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਘਰ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਵੀ ਜਿਹੜਾ ਇੱਥੋਂ ਤੱਕ ਪਹੁੰਚਿਆ ਕਿ ਇਹ ਸਾਡੀ ਬਹੁਤ ਪਿਆਰੀ ਬੱਚੀ ਆ ਅਸੀਂ ਇਹਦੇ ਇਹਦੇ ਆਪਣੇ ਬਹੁਤ ਇਹਨੂੰ ਪਿਆਰ ਕਰਦੇ ਹਾਂ ਚਾਹੁੰਦੇ ਹਾਂ ਵੀ ਬਹੁਤ ਅੱਗੇ ਤੱਕ ਜਾਵੇ ਸਾਡਾ ਆਸ਼ੀਰਵਾਦ ਇਹਦੇ ਨਾਲ ਜਪਜੀ ਸਾਹਿਬ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਅੰਗ ਗੁਰਪ੍ਰਸ਼ਾਦ ਜਪ ਆਦਿ ਸਚ ਜੁਗਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੇ ਸੋਚਣਾ ਹੋਵੇ ਜੇ ਸੋਚੀ ਲਿਖਵਾਰ ਚੁੱਪਿਆ ਚੁੱਪਣਾ ਹੋਵੇ ਜੇ ਰਾਹ ਨਾ ਲਿਪਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਿਆ ਬੁਰੀਆਂ ਬਾਹਰ ਸਹਿਣ ਸਹਿਣ ਭਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਹਿਕਪ੍ਰੀਤ ਸਿੰਘ ਆ ਸੁਪ੍ਰੀਤ ਸਾਡੀ ਛੋਟੀ ਸਿਸਟਰ ਆ ਇਹ ਬਹੁਤ ਹੀ ਪਿਆਰੀ ਆ ਸਾਨੂੰ ਇਹ ਕਦੀ ਕਦੀ ਸਾਡੇ ਨਾਲ ਲੜ ਵੀ ਪੈਂਦੀ ਆ ਪਰ ਇਹ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਇਹ ਮਜ਼ਾਕ ਵਿੱਚ ਹਰ ਗੱਲ ਟਾਲ ਦਿੰਦੀ ਹੈ ਸੋ ਇਹ ਡਾਂਸ ਵੀ ਬਹੁਤ ਵਧੀਆ ਕਰਦੀ ਹੈ ਅਤੇ ਕਈ ਵਾਰ ਸਾਨੂੰ ਵੀ ਨਾਲ ਲੈ ਕੇ ਇਹ ਡਾਂਸ ਸਿਖਾਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਔਰ ਇਹ ਮੇਰੀ ਸਿਸਟਰ ਹੈ ਸੁਪ੍ਰੀਤ ਕੌਰ ਔਰ ਸਾਨੂੰ ਬਹੁਤ ਮਾਣ ਹੈ ਕਿ ਇਹ ਫਾਈਨਲ 'ਚ ਆ ਕੇ ਜਿੱਤ ਕੇ ਆਵੇਗੀ ਔਰ ਸਾਡਾ ਤਾਂ ਸਾਡੇ ਪਿੰਡ ਦਾ ਨਾਂ ਰੋਸ਼ਨ ਕਰੇਗੀ ਮੇਰੇ ਪਾਪਾ ਆਰਮੀ ਵਿੱਚ ਜੋਬ ਕਰਦੇ ਨੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਜਦੋਂ ਉਹਨਾਂ ਨੇ ਮੈਨੂੰ ਟੀ ਵੀ ਵਿੱਚ ਦੇਖਿਆ ਉਹ ਬਹੁਤ ਖੁਸ਼ ਹੋਏ ਮੇਰੀ ਹਰ ਜ਼ਰੂਰਤ ਨੂੰ ਮੇਰੇ ਮੰਮਾ ਪਾਪਾ ਪੂਰੇ ਕਰਦੇ ਹਨ ਮੈਂ ਉਹਨਾਂ ਦਾ ਥੈਂਕਸ ਕਰਦੀ ਹਾਂ ਮੈਂ ਸਕੂਲ ਦੇ ਹਰ ਫੰਕਸ਼ਨ ਵਿੱਚ ਭਾਗ ਲੈਂਦੀ ਹਾਂ ਅਤੇ ਕੋਈ ਨਾ ਕੋਈ ਇਨਾਮ ਜ਼ਰੂਰ ਜਿੱਤ ਕੇ ਲਿਆਉਂਦੀ ਹਾਂ ਮੇਰੇ ਸਕੂਲ ਦੇ ਵਿੱਚ ਡਰਾਇੰਗ ਕੰਪੀਟੀਸ਼ਨ ਸੀਗਾ ਮੈਂ ਉਹਦੇ ਵਿੱਚ ਭਾਗ ਲਿਆ ਮੈਂ ਉਹਦੇ ਵਿੱਚ ਫਸਟ ਆਈ ਮੈਨੂੰ ਸਕੂਲ ਵੱਲੋਂ ਇੱਕ ਮੈਡਲ ਦਿੱਤਾ ਮੇਰੇ ਮੰਮਾ ਪਾਪਾ ਦੇਖ ਕੇ ਬਹੁਤ ਖੁਸ਼ ਹੋਏ ਮੇਰੇ ਸਕੂਲ ਦੇ ਵਿੱਚ KKHT ਦੀ ਟੀਮ ਆਈ ਸੀ ਉਹਨਾਂ ਨੇ ਦੱਸਿਆ ਕਿਸੇ ਦੇ ਕੋਲ ਟੈਲੈਂਟ ਹੈ ਅਤੇ ਉਹ ਸਾਡੇ ਸ਼ੋਅ ਵਿੱਚ ਆ ਸਕਦਾ ਹੈ ਅਤੇ ਮੈਂ ਡਾਂਸ ਵਿੱਚ ਭਾਗ ਲਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਪ੍ਰੀਤ ਕੌਰ ਫਰੋਮ ਰੈਂਕਰਸ ਇੰਟਰਨੈਸ਼ਨਲ ਪਬਲਿਕ ਸਕੂਲ ਕੋਟਤੰਦਰ ਡਿਸਟ੍ਰਿਕਟ ਗੁਰਦਾਸਪੁਰ ਸਾਡੇ ਲਈ ਫਖਰ ਦੀ ਗੱਲ ਹੈ ਕਿ ਸਾਡੇ ਸਕੂਲ ਦੀ ਬੱਚੀ ਸੁਪ੍ਰੀਤ ਕੌਰ ਜੋ ਕਿ ਟੈਲੈਂਟ ਸ਼ੋਅ ਕਿਸਨੇ ਕਿਤਨਾ ਹੈ ਦਮ ਵਿੱਚ ਫਾਈਨਲ ਵਿੱਚ ਪਹੁੰਚੀ ਹੈ ਡਾਂਸ ਕੰਪੀਟੀਸ਼ਨ ਵਿੱਚ ਅਸੀਂ ਬੈਸਟ ਵਿਸ਼ਿਜ਼ ਦਿੰਦੇ ਹਾਂ ਉਹਨੂੰ ਐਂਡ ਅਸੀਂ ਚਾਹੁੰਦੇ ਹਾਂ ਕਿ ਉਹ ਜਿੱਤ ਕੇ ਆਏ ਅਤੇ ਆਪਣਾ ਆਪਣੇ ਘਰਦਿਆਂ ਦਾ ਅਤੇ ਸਾਡੇ ਸਕੂਲ ਦਾ ਨਾਮ ਰੌਸ਼ਨ ਕਰੇ ਵੀ ਆਰ ਵੈਰੀ ਥੈਂਕਫੁਲ ਟੂ ਦਿਸ ਸ਼ੋਅ ਕਿਸਮੇ ਕਿਤਨਾ ਹੈ ਦਮ ਉਹ ਬਹੁਤ ਹੀ ਬੱਚਿਆਂ ਨੂੰ ਇਨਕਰੇਜ ਕਰ ਰਹੇ ਨੇ ਅਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਕਿ ਬੱਚੇ ਜਿਹੜੇ ਆ ਉਹ ਹਰ ਖੇਤਰ ਵਿੱਚ ਆਪਣਾ ਟੈਲੈਂਟ ਜਿਹੜਾ ਆ ਉਹਨੂੰ ਦਿਖਾ ਸਕਣ ਐਂਡ ਉਹਨਾਂ ਦਾ ਕੌਨਫੀਡੈਂਸ ਜਿਹੜਾ ਉਹ ਇਨਹੈਂਸ ਹੋ ਸਕੇ ਹੈਲੋ ਐਵਰੀਵਨ
मेरा नाम कोमल ठाकुर है और मैं रैंकर्स इंटरनेशनल पब्लिक स्कूल में टीच कर रही हूँ। हाँ जी, मैं आपको सुप्रीत कौर के बारे में बता रही हूँ। मैं उसकी क्लास इंचार्ज हूँ। वो उसने टैलेंट शो में हिस्सा लिया था, किस में कितना है दम, और उसके फाइनल में पहुँच गया है। वो पढ़ाई में भी बहुत अच्छी है और स्कूल में जितनी भी एक्स्ट्रा करिकुलर एक्टिविटीज़ होती हैं उसमें अच्छे से पार्टिसिपेट करती है, और ज़्यादातर वो मौक़ों में हमेशा फर्स्ट ही आती है, और बहुत ही टैलेंटेड लड़की है, तो उसके लिए ऑल दी बेस्ट। हाँ जी, जैसे कि आपको पता है कि कोरोना महामारी के दौरान जो स्कूल है वो बंद थे, तो ऑनलाइन क्लासेस चल रही थी, तो उसने सारी क्लासेस अपनी प्रॉपरली अटेंड की हैं और साथ साथ में अपनी जो प्रैक्टिस भी की है उसने डांस की भी, और बहुत ही टैलेंटेड लड़की है जो कि फाइनल तक पहुँची है। हम अपने स्कूल की तरफ से किस में कितना दम शो को बहुत धन्यवाद करते हैं कि उन्होंने हमारे स्कूल के जो बच्चे को आगे जाने का मौका दिया। यहाँ पे बहुत ये रूरल एरिया है और यहाँ के बच्चे को आगे आने का मौका मिला है, इसलिए मैं शो का बहुत बहुत धन्यवाद करती हूँ। पार्टिसिपेट करने तो पहला मैनू मेरे दोस्त या मेरे फैमिली मैंबर ही जानते सी। KKHT विच पार्टिसिपेट करने तो बाद मेरी अलग ही पहचान बन गई। मैनू बहुत सारे लोग जानने लग पे, हुण ओह मैनू जानते ने जिन्हां मैं नहीं जानती। मैं परमात्मा अगे अरदास करदी हाँ कि मैं KKHT फाइनल राउंड जरूर जीता, मैं अपने परिवार का पिंड का नाम जरूर रोशन करा। थैंक यू KKHT।